ਸੋਸ਼ਲ ਮੀਡੀਆ ਤੇ ਤੁਸੀਂ ਕਈ ਤਰ੍ਹਾਂ ਦੀ ਵੀਡੀਓਜ਼ ਵਾਇਰਲ ਹੁੰਦੀਆਂ ਜ਼ਰੂਰ ਵੇਖੀਆਂ ਹੋਣਗੀਆਂ ਪਰ ਅੱਜ ਤੁਹਾਨੂੰ ਇੱਕ ਅਜਿਹੀ ਨਿਰਾਲੀ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਗਰਮੀ ਦਾ ਮੌਸਮ ਹੈ ਤੇ ਜੋ ਵੀਡੀਓ ਹੈ ਇਹ ਵੀ ਗਰਮੀ ਦੇ ਨਾਲ ਹੀ ਰਿਲੇਟ ਕਰਦੇ ਹੈ ਕਿਉਂਕਿ ਇਹ ਜੋ ਕੂਲਰ ਬਣਾਇਆ ਗਿਆ ਦੇਸੀ ਜੁਗਾੜ ਦੇ ਨਾਲ ਘਰਾਂ ਦੇ ਵਿੱਚ ਲੱਗੇ ਹੋਏ ਏਸੀਆਂ ਨੂੰ ਵੀ ਮਾਤ ਪਾ ਰਿਹਾ ਸੋ ਇੱਕ ਝਾਤ ਪਾਉਂਦੇ ਹਾਂ ਇਸ ਕੂਲਰ ਤੇ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਸ ਵੀ ਇੰਜੀਨੀਅਰ ਦੇ ਵੱਲੋਂ ਜਾਂ ਫਿਰ ਅਸੀਂ ਕਹੀਏ ਕਿ ਦੇਸੀ ਇੰਜੀਨੀਅਰ ਦੇ ਵੱਲੋਂ ਜਿਸ ਤਰ੍ਹਾਂ ਇਹ ਜੁਗਾੜ ਲਗਾਇਆ ਗਿਆ ਕੂਲਰ ਬਣਾਉਣ ਦੇ ਲਈ ਇੱਟਾਂ ਅਤੇ ਸੀਮਿੰਟ ਦੇ ਨਾਲ ਇਹ ਪੱਕਾ ਕੂਲਰ ਬਣਾਇਆ ਗਿਆ ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਜੋ ਘਰਾਂ ਦੇ ਵਿੱਚ ਕੂਲਰ ਲੱਗੇ ਹੁੰਦੇ ਨੇ ਉਸਦੇ ਸਾਈਡ ਪੈਨਲਸ ਜਾਂ ਤਾਂ ਪਲਾਸਟਿਕ ਦੇ ਹੁੰਦੇ ਨੇ ਜਾਂ ਫਿਰ ਲੋਹੇ ਦੇ ਪਰ ਇਸ ਕੂਲਰ ਦੇ ਵਿੱਚ ਜੋ ਸਾਈਡ ਪੈਨਲਸ ਨੇ ਉਹ ਵੀ ਇੱਟਾਂ ਤੇ ਸੀਮਿੰਟ ਦੇ ਬਣਾਏ ਗਏ ਨੇ ਤੇ ਨਾਲ ਹੀ ਪਾਣੀ ਦੀ ਸਪਲਾਈ ਕਿਸ ਤਰ੍ਹਾਂ ਇਹਨਾਂ ਸਾਈਡ ਪੈਨਲਸ ਨੂੰ ਦੇਣੀ ਹੈ ਉਹ ਵੀ ਬਿਹਤਰ ਢੰਗ ਦੇ ਨਾਲ ਇਹ ਡਿਜ਼ਾਈਨ ਕੀਤਾ ਗਿਆ ਇਸ ਦੇ ਵਿੱਚ ਜੋ ਫੈਨ ਐਡਜਸਟ ਕੀਤਾ ਗਿਆ ਜਿਸ ਨੂੰ ਪੱਕੇ ਤੌਰ ਤੇ ਲਗਾਇਆ ਗਿਆ ਜਿਵੇਂ ਹੀ ਇੱਟਾਂ ਗਿੱਲੀਆਂ ਹੁੰਦੀਆਂ ਨੇ ਤੇ ਠੰਡੀ ਹਵਾ ਉਹ ਖਿੱਚਦਾ ਹੈ ਤੇ ਪੂਰੇ ਘਰ ਦੇ ਵਿੱਚ ਉਸ ਹਵਾ ਨੂੰ ਰੋਟੇਟ ਕਰਦਾ ਹੈ ਹਰ ਇੱਕ ਬਾਰੀਕੀ ਦਾ ਧਿਆਨ ਰੱਖ ਕੇ ਇਹ ਕੂਲਰ ਬਣਾਇਆ ਗਿਆ ਜਿਸ ਨੂੰ ਵੇਖ ਕੇ ਵਾਹ ਹੀ ਨਿਕਲਦੀ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਜੋ ਸਾਈਡ ਪੈਨਲਸ ਨੇ ਉਹਨਾਂ ਦੇ ਵਿੱਚ ਪਾਣੀ ਦੀ ਸਪਲਾਈ ਦਾ ਕਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਸੋ ਦੇਸੀ ਜੁਗਾੜ ਦੇ ਨਾਲ ਬਣਾਇਆ ਗਿਆ ਇਹ ਮਾਡਰਨ ਕੂਲਰ ਹਰ ਇੱਕ ਦਾ ਧਿਆਨ ਖਿੱਚ ਰਿਹਾ ਪਰ ਇੱਕ ਗੱਲ ਜ਼ਰੂਰ ਹੈ ਇਹ ਦੇਸੀ ਜੁਗਾੜ ਨਾਲ ਬਣਾਇਆ ਗਿਆ ਕੂਲਰ ਘਰਾਂ ਦੇ ਵਿੱਚ ਲੱਗੇ ਏਸੀ ਨੂੰ ਵੀ ਮਾਤ ਪਾਏਗਾ ਕਿਉਂਕਿ ਇਹ ਪੱਕਾ ਅਤੇ ਸਥਾਈ ਹੈ ਸਸਤਾ ਅਤੇ ਟਿਕਾਊ ਹੈ ਤੇ ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਅਜਿਹੀ ਹੀ ਠੰਡੀ ਹਵਾ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਇਸ ਨੂੰ ਟਰਾਈ ਕਰ ਸਕਦੇ ਹੋ